ਸਕਾਰ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਰਜਿੰਦਰ ਕੌਰ ਸੈਣੀ ਪਹਿਲਾਂ ਪੇਸ਼ ਨੇ ਚੋਣਮੀਆਂ ਖਬਰਾਂ ਕੇਂਦਰ ਸਰਕਾਰ ਅਨਸਾਰ ਦੇਸ਼ ਵਿੱਚ ਖਾਣ ਵਾਲੀਆਂ ਵਸਤਾਂ ਤੇ ਭੰਡਾਰ ਦੀ ਕੋਈ ਘਾਟ ਨਹੀਂ ਕੇਂਦਰ ਵੱਲੋਂ ਗੰਨੇ ਦੀ ਕੀਮਤ ਵਿੱਚ ਵਾਧੇ ਦਾ ਕਿਸਾਨਾਂ ਨੇ ਕੀਤਾ ਸਵਾਗਤ ਪਾਵਰ ਗ੍ਰਿਡ ਦੇ ਅਧਿਕਾਰੀਆਂ ਦੀ ਯੋਗਤਾ ਨੂੰ ਵਧਾਉਣ ਲਈ ਐਨ ਆਈਟੀ ਜਲੰਧਰ ਅਤੇ ਪਾਵਰ ਗ੍ਰਿਡ ਕਾਰਪੋਰੇਸ਼ਨ ਨੇ ਐਮਓਯੂ ਤੇ ਕੀਤੇ ਦਸਤਖਤ ਇਹ ਰਾਸ਼ਟਰੀ ਮੰਡਲ ਖੇਡਾਂ ਵਿੱਚ ਕਾਂਸ ਦਾ ਤਮਗਾ ਜਿੱਤਣ ਵਾਲੇ ਗੁਰਦੀਪ ਸਿੰਘ ਅਤੇ ਲਾਪ੍ਰਿਤ ਸਿੰਘ ਦੇ ਘਰਾਂ ਵਿੱਚ ਜਸ਼ਨ ਦਾ ਮਾਹੌਲ ਖਬਰਾਂ ਵਿਸਥਾਰ ਨਾਲ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਖਾਣ ਵਾਲੀਆਂ ਵਸਤਾਂ ਦਾ ਪੂਰਾ ਭੰਡਾਰ ਮੌਜੂਦ ਹੈ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸਾਧਵੀ ਨਰਿੰਜਨ ਜੋਤੀ ਨੇ ਜਾਣਕਾਰੀ ਦਿੱਤੀ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਦੇਸ਼ ਵਿੱਚ ਖਾਣ ਵਾਲੀਆਂ ਵਸਤਾਂ ਦਾ ਭੰਡਾਰ ਪਿਛਲੇ 15 ਵਰਿਆਂ ਵਿੱਚ ਸਭ ਤੋਂ ਘਟੇ ਉਹਨਾਂ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਸਾਲ 2013 ਤੋਂ ਸਮੁੱਚੇ ਦੇਸ਼ ਵਿੱਚ ਲਾਗੂ ਹੈ ਇਸ ਯੋਜਨਾ ਵਿੱਚ 81 ਕਰੋੜ 35 ਲੱਖ ਲਾਭਪਾਤਰੀ ਸ਼ਾਮਲ ਨੇ ਪਹਿਲ ਵਾਲੇ ਘਰੇਲੂ ਲਾਪਾਤਰੀਆਂ ਨੂੰ ਹਰ ਮਹੀਨੇ ਪ੍ਰਤੀ ਵਿਅਕਤੀ 5 ਕਿਲੋਗ੍ਰam ਅਤੇ ਅੰਤੋਧਿਆ ਅਨੁਯੋਜਨਾ ਦੇ ਪਰਿਵਾਰਾਂ ਨੂੰ ਹਰ ਮਹੀਨੇ 35 ਕਿਲੋਗ੍ਰam ਅਨਾਜ ਦਿੱਤਾ ਜਾਂਦਾ ਹੈ। ਸਾਦਵਿੰਦਰੰਜਨ ਜੋਤੀ ਨੇ ਦੱਸਿਆ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਤੇਜ ਵਿੱਚ ਖੁਰਾਕ ਸੁਰੱਖਿਆ ਯਕੀਨੀ ਕਰਨ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਅਤੇ ਹੋਰ ਭਲਾਈ ਯੋਜਨਾਵਾਂ ਪਹਿਲਾਂ ਤੋਂ ਹੀ ਮੌਜੂਦ ਨੇ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 2022-23 ਦੇ ਗੰਨਾ ਸੀਜ਼ਨ ਲਈ ਗੰਨੇ ਦੀ ਕੀਮਤ 305 ਰੁਪਏ ਪ੍ਰਤੀ ਕੁਇੰਟਲ ਮਨਜ਼ੂਰ ਕੀਤੀ ਹੈ। ਇਹ ਕੀਮਤ 2021-22 ਦੀ ਕੀਮਤ ਤੋਂ 2.6% ਵਾਧੇ। ਗੰਨਾ ਪੈਦਾ ਕਰਨ ਵਾਲੇ ਕਿਸਾਨਾਂ ਨੇ ਇਸ ਕੀਮਤ ਦਾ ਸਵਾਗਤ ਕੀਤਾ ਹੈ। ਸਾਡੇ ਪੱਤਰਕਾਰ ਵਿਸ਼ੰਪਰ ਬਿੱਟੂ ਨੇ ਇਸ ਬਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕੀਤੀ। ਮੋਦੀ ਸਰਕਾਰ ਨੇ ਗੰਨੇ ਦਾ ਰੇਟ ਜਿਹੜਾ ਵਾ ਉਹ ਵਧਾਇਆ ਵਾ। ਇਸ ਨਾਲ ਹਜ਼ਾਰਾਂ ਲੱਖਾਂ ਜਿਹੜਾ ਕਿਸਾਨ ਜਿਹੜੇ ਆ ਉਹਨਾਂ ਨੂੰ ਇਹਦਾ ਫਾਇਦਾ ਹੋਇਆ ਵਾ ਤੇ ਇਸ ਫੈਸਲੇ ਦਾ ਸਵਾਗਤ ਕਰਦਾ ਤੇ ਅੱਜ ਮੋਦੀ ਸਰਕਾਰ ਨੇ ਇੱਕ ਵਾਰੀ ਫੇਰ ਸਾਬਿਤ ਕੀਤਾ ਵੀ ਇਹ ਕਿਸਾਨ ਹੈ ਤੇ ਅੱਛੀ ਸਰਕਾਰ ਹੈ ਇਹਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਮੇਂ-ਸਮੇਂ ਦੇ ਉੱਤੇ ਕਿਸਾਨ ਹੈ ਤੇ ਅੱਛੀ ਕਈ ਫੈਸਲੇ ਲਏ ਤੇ ਅੱਜ ਵੀ ਇੱਕ ਬਹੁਤ ਹੀ ਇੱਕ ਮੈਂ ਕਹਿੰਦਾ ਵੱਡਾ ਫੈਸਲਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਲਿਆ ਸਰਕਾਰ ਨੇ ਆ ਗੰਨੇ ਦਾ ਰੇਟ ਕਿਸਾਨਾਂ ਦਾ ਵਧਾਇਆ ਵਾ ਇਹ ਇੱਕ ਇੱਕ ਸਰਕਾਰ ਮੂਜੀ ਸਰਕਾਰ ਇੱਕ ਬਹੁਤ ਹੀ ਇੱਕ ਮੁਆਫਾਦ ਲੈਣਾ ਚਾਹੁੰਦੀ ਹੈ ਤਾਂ ਕਿ ਇਸੇ ਦਾ ਕਿਸਾਨਾਂ ਦੀਆਂ ਸਹੂਲਤਾਂ ਨੂੰ ਜੋ ਮੁਸ਼ਕਲਾਂ ਨੂੰ ਪੂਰੀਆਂ ਕਰਦੇ ਰਹਿਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸतीश ਮਹਾਣਾ ਨੇ ਅੱਜ ਚੰਡੀਗੜ੍ਹ ਵਿੱਚ ਮੁਲਾਕਾਤ ਕੀਤੀ ਇਸ ਗੈਰ ਰਸਮੀ ਮੁਲਾਕਾਤ ਵਿੱਚ ਸतीश ਮਹਾਣਾ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਪੰਜਾਬੀਆਂ ਵੱਲੋਂ ਪਾਈ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਸतीश ਮਹਾਣਾ ਵੱਲੋਂ ਦਿੱਤੇ ਗਏ ਕਈ ਸੁਝਾਵਾਂ ਨੂੰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਵਿਧਾਨ ਸਭਾ ਵਿੱਚ ਲਾਗੂ ਕਰਨ ਦੀ ਹਾਮੀ ਭਰੀ ਜਲੰਧਰ ਸਥਿਤ ਡਾਕਟਰ ਬੀ ਆਰ ਅੰਬੇਡਕਰ ਐਨ ਆਈਟੀ ਅਤੇ ਭਾਰਤ ਪਾਵਰ ਗ੍ਰਿਡ ਕਾਰਪੋਰੇਸ਼ਨ ਵਿਚਾਲੇ ਅੱਜ ਹੋਇ ਇੱਕ ਐਮਓਯੂ ਤੇ ਐਨ ਆਈਟੀ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆਂ ਅਤੇ ਪਾਵਰ ਗ੍ਰਿਡ ਦੇ ਯੋਗੇਸ਼ ਕੁਮਾਰ ਧਿਕਸ਼ਤ ਨੇ ਦਸਤਖਤ ਕੀਤੇ ਇਸ ਐਮਓਯੂ ਦਾ ਮਕਸਦ ਦੇਸ਼ ਵਿਦੇਸ਼ ਵਿੱਚ ਕੰਮ ਕਰ ਰਹੇ ਪਾਵਰ ਗ੍ਰਿਡ ਦੇ ਅਧਿਕਾਰੀਆਂ ਦੀ ਯੋਗਤਾ ਨੂੰ ਵਧਾਉਣਾ ਹੈ ਆਪਣੀ ਕਿਸਮ ਦਾ ਇਹ ਪਹਿਲਾ ਪ੍ਰੋਗਰਾਮ ਹੈ ਜਿਸ ਨੂੰ ਐਨ ਆਈਟੀ ਨੇ ਨਵੀਂ ਸਿੱਖਿਆ ਨੀਤੀ 2020 ਦੇ ਮੁਤਾਬਕ ਤਿਆਰ ਕੀਤਾ ਹੈ ਉਮੀਦਵਾਰਾਂ ਨੂੰ ਐਮਟੈਕ ਦੀ ਡਿਗਰੀ ਆਨਲਾਈਨ ਦਿੱਤੀ ਜਾਏਗੀ ਇਸ ਮੌਕੇ ਐਨਆਈਟੀ ਦੇ ਬੋਰਡ ਆਫ ਗਵਰਨੈਂਸ ਦੇ ਚੇਅਰਪਰਸਨ ਸੁਬਾਸ ਚੰਦਰ ਰਲਨ ਵੀ ਮੌਜੂਦ ਸਨ ਇਹ ਐਮਓਯੂ ਸਹੀਬਤ ਕਰਨ ਲਈ ਉਹਨਾਂ ਦੋਹਾਂ ਧਿਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਤਿਆਰ ਕੀਤੇ ਜਾਣ ਪ੍ਰੋਫੈਸਰ ਕਨੌਜੀਆ ਨੇ ਕਿਹਾ ਕਿ ਭਵਿੱਖ ਵਿੱਚ ਐਨਆਈਟੀ ਵੱਲੋਂ ਨਵੇਂ ਪ੍ਰੋਗਰਾਮ ਬਣਾਉਣ ਬਾਰੇ ਧਿਆਨ ਦਿੱਤਾ ਜਾਏਗਾ ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਡਾਕਟਰ ਆਰਕੇ ਗਰਗ ਅਤੇ ਡਾਕਟਰ ਏ ਸਚਦੇਵਾਸ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ਆਜ਼ਾਦੀ ਦਾ ਅੰਮ੍ਰਿਤ ਮਹਾਂotsਵ ਨੂੰ ਸਮਰਪਿਤ ਅਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਰਾਸ਼ਟਵਾਦੀ ਨੇਤਾ ਫਿਰੋਜ਼ ਸ਼ਾ ਮਹਿਤਾ, ਰਾਮਕ੍ਰਿਸ਼ਨ ਵਿਸ਼ਵਾਸ, ਲਾਲ ਸਿੰਘ ਅਤੇ ਸ਼ਹੀਦ ਰੰਗਾਖਾਨ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਸੀ ਰਾਸ਼ਟਰਵਾਦੀ ਨੇਤਾ ਫਰੋਜ਼ ਸ਼ਾ ਮਹਿਤਾ ਨੂੰ ਯਾਦ ਕਰ ਰਹੇ ਹਾਂ ਉਹਨਾਂ ਦਾ ਚਰਮ 4 ਅਗਸਤ 1845 ਨੂੰ ਮੁੰਬਈ ਵਿੱਚ ਹੋਇਆ ਸੀ ਮਹਿਤਾ ਨੇ 1864 ਵਿੱਚ ਲਿੰਕਸਾਇਨ ਵਿੱਚ ਦਾਖਲਾ ਲਿਆ ਅਤੇ ਬਾਹਰਲੀ ਯੋਗਤਾ ਪ੍ਰਾਪਤ ਕੀਤੀ ਇੰਗਲੈਂਡ ਵਿੱਚ ਰਹਿੰਦੇ ਹੋਏ ਉਹ ਦਾਦਾ ਪਾਈ ਨਾਰੋਜੀ ਨੂੰ ਰੋਜ਼ ਮਿਲਣ ਚਾਹ ਕਰਦੇ ਸਨ ਅਤੇ ਮੁਲਾਕਾਤਾਂ ਹੁਣਾਂ ਦੇਵਦਾਰ ਦ੍ਰਿਸ਼ਟੀ ਕੋ ਨੂੰ ਟਾਲਣ ਵਿੱਚ ਮਹੱਤਵਪੂਰਨ ਸਾਬਤ ਹੋਈਆਂ ਕੇਟੀ ਤਿਲੰਗ ਅਤੇ ਬਦਰੂਦੀਨ ਨਾਇਬ ਜੀ ਤੋਂ ਇਲਾਵਾ ਰਨਾਡੇ ਗੋਖਲੇ ਦਿਨਸ਼ਾਪਚਾ ਉਮੇਸ਼ ਚੰਦਰ ਬੈਨਰਜੀ ਅਤੇ ਬਾਲ ਮੋਹਨ ਵਾਗਲੇ ਉਹਨਾਂ ਦੇ ਕਰੀਬੀ ਦੋਸਤ ਸਨ ਸਿੱਖਿਆ ਪ੍ਰਤੀ ਜ਼ਿੰਦਗੀ ਪਾਰ ਆਕਰਸ਼ਿਤ ਰਹੇ ਫਰੂਜ਼ ਸ਼ਾ ਮਹਿਤਾ ਨੇ ਸਿੱਖਿਆ ਨੂੰ ਇੱਕ ਅਜਿਹਾ ਮਾਧਿਅਮ ਮੰਨਿਆ ਜਿਸ ਜਰੀਏ ਭਾਰਤ ਤੇਜ਼ੀ ਨਾਲ ਆਪਣਾ ਆਧੁਨਿਕੀਕਰਨ ਕਰ ਸਕਦਾ ਹੈ। ਉਨ੍ਹਾਂ ਨੇ ਸਵਦੇਸ਼ੀ ਬੈਂਕ ਯਾਨੀ ਸੈਂਟਰਲ ਬੈਂਕ ਆਫ ਇੰਡੀਆ ਦੀ ਸਥਾਪਨਾ ਵਿੱਚ ਮਦਦ ਕੀਤੀ। ਮਹਿਤਾ ਨੂੰ ਮੁੱਖ ਰੂਪ ਵਿੱਚ ਆਧੁਨਿਕ ਬੰਬਈ ਨਗਰ ਨਿਗਮ ਦੇ ਸੰਸਥਾਪਕ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਜਿਸ ਨੂੰ ਨੇ ਲਗਭਗ ਅੱਧੀ ਸ਼ਤਾਬਦੀ ਤੱਕ ਵਿਸ਼ੇਸ਼ ਤਰੀਕੇ ਨਾਲ ਬढ़ावा ਦਿੱਤਾ ਅਤੇ ਉੱਥੇ ਸੇਵਾ ਕੀਤੀ ਉਹ ਮੁੱਖ ਰੂਪ ਵਿੱਚ ਅੰਗਰੇਜ਼ੀ ਸਮਾਚਾਰ ਪੱਤਰ ਬੰਬੋ ਕਰੋਨੀਕਲ ਦੀ ਸਥਾਪਨਾ ਲਈ ਜਾਣੇ ਜਾਂਦੇ ਸਨ ਜੋ ਰਾਸ਼ਟਵਾਦੀ ਅੰਦੋਲਨ ਦੇ ਪ੍ਰਤੀ ਭਾਰਤੀ ਜਨਤਾ ਦੀ ਰਾਏ ਦੇਣ ਲਈ ਮਹੱਤਵਪੂਰਨ ਸਾਧਨ ਬਣ ਗਿਆ ਜੱਜ ਤੇਲੰਗਨਾ ਨਾਲ 1885 ਵਿੱਚ ਬੰਬੀ ਪ੍ਰੈਜ਼ੀਡੈਂਸੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਅਤੇ ਇਸ ਦੇ ਸਖਤਰ ਦੇ ਰੂਪ ਵਿੱਚ ਕੰਮ ਕੀਤਾ ਫਰੂਜ਼ ਸ਼ਾਹ ਮਹਿਲਾ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਸਥਾਪਕ ਮੈਂਬਰਾਂ ਵਿੱਚ ਸ਼ਾਮਲ ਸਨ ਉਨ੍ਹਾਂ ਨੇ 1890 ਵਿੱਚ ਕੋਲਕਾਤਾ ਵਿੱਚ ਆਯੋਜਿਤ ਕਾਂਗਰਸ ਸੈਸ਼ਨ ਦੀ ਪ੍ਰਧਾਨਗੀ ਕੀਤੀ ਪ੍ਰਧਾਨਗੀ ਸੰਬੋਧਨ ਵਿੱਚ ਫਰੂਜ਼ ਸ਼ਾਹ ਨੇ ਕਿਹਾ ਕਿ ਸਾਥਿਓ ਉਤਮam ਅੰਦੋਲਨ ਜਿਨ੍ਹਾਂ ਨੂੰ ਲੈ ਕੇ ਅਸੀਂ ਚਿੰਤਿਤ ਹਾਂ ਉਹ ਕਈ ਪੜਾਵਾਂ ਵਿੱਚੋਂ ਗੁਜ਼ਰਦੇ ਨੇ ਪਹਿਲਾ ਪੜਾ ਇਹ ਮਜ਼ਾਕ ਹੁੰਦਾ ਹੈ ਦੂਸਰਾ ਪੜਾ ਹੁੰਦਾ ਹੈ ਤਰੂਪਿਓ ਜਿਸ ਦੇ ਬਾਅਦ ਮਿਲਦੀ ਹੈ ਕੁਝ ਰਿਆਇਤ ਅਤੇ ਉਹ ਵੀ ਅੰਦੋਲਨਾਂ ਨੂੰ ਹੋਰ ਅੱਗੇ ਵਧਾਉਣ ਦੀ ਚੇਤਾਵਨੀ ਦੇ ਨਾਲ ਜਿਨ੍ਹਾਂ ਸਭਾ ਦਾ ਅੰਤਿਮ ਪੜਾ ਉਹ ਹੁੰਦਾ ਹੈ ਜਦ ਅੰਦੋਲਨ ਦੇ ਮਕਸਦ ਨੂੰ ਅਪਣਾਇਆ ਜਾਂਦਾ ਹੈ ਪਰੰਤੂ ਇਸ ਹੈਰਾਨੀ ਦੇ ਨਾਲ ਕਿ ਇਹ ਪਹਿਲਾਂ ਕਿਉਂ ਨਹੀਂ ਅਪਣਾਇਆ ਗਿਆ ਅਸੀਂ ਪਹਿਲੇ ਦੋਨੋਂ ਪੜਾ ਪਾਰ ਕਰ ਲੈਨੇ ਅੱਜ ਅਸੀਂ ਰਾਮਕ੍ਰਿਸ਼ਨ ਵਿਸ਼ਵਾਸ ਨੂੰ ਯਾਦ ਕਰ ਰਹੇ ਹਾਂ ਜੋ ਬੰਗਾਲ ਦੇ ਚਿਟਕਾਮ ਦੇ ਨਿਵਾਸੀ ਸਨ ਜੋ ਹੁੰ ਬੰਗਲਾਦੇਸ਼ ਵਿੱਚ ਹੈ ਉਹ ਮਾਸਟਰ ਦਾ ਸੂਰਜ ਸੈਨ ਦੇ ਚਟਕਾਮ ਦੇ ਕ੍ਰਾਂਤੀਕਾਰੀਆਂ ਦੇ ਸਮੂਹ ਦੇ ਮੈਂਬਰ ਸਨ ਉਹਨਾਂ ਨੂੰ ਮਾਸਟਰ ਦਾ ਨੇ ਪੁਲਿਸ ਮਹਾ ਨਿਰਦੇਸ਼ਕ ਕ੍ਰੇਗ ਦੀ ਹੱਤਿਆ ਕਰਨ ਦਾ ਨਿਰਦੇਸ਼ ਦਿੱਤਾ ਸੀ ਉਹ ਰਾਮਕ੍ਰਿਸ਼ਨ ਕਾਲੀ ਚਕਰਵਤੀ ਦੇ ਨਾਲ 1 ਦਸੰਬਰ 1930 ਨੂੰ ਚਾਂਪੂਰ ਸਟੇਸ਼ਨ ਗਏ ਉਨ੍ਹਾਂ ਨੇ ਇੱਕ ਸਮਝ ਕੇ ਕੋਮਿਲਾ ਦੇ ਚਾਂਦਪੁਰ ਵਿੱਚ ਇਨਸਪੈਕਟਰ ਤਾਰਨੀ ਮੁਖਰਜੀ ਨੂੰ ਗੋਲੀ ਮਾਰ ਕੇ ਉਸਦੀ ਹਤਿਆ ਕਰ ਦਿੱਤੀ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਸ ਜਗ੍ਹਾ ਤੋਂ ਲਗਭਗ 2 ਮੀਲ ਦੂਰ ਉਨ੍ਹਾਂ ਨੂੰ ਫੜ ਲਿਆ ਗਿਆ ਅਦਾਲਤ ਵਿੱਚ ਚੁਣਾਤੇ ਮੁਕੱਦਮਾ ਚਲਾਇਆ ਗਿਆ ਤੋਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਰਾਮਕ੍ਰਿਸ਼ਨ ਵਿਸ਼ਵਾਸ ਨੂੰ 2 ਮਾਰਚ 1932 ਨੂੰ ਅਲੀਪੁਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸਰਤੀ ਦੇ ਵੀਰਸਪੁੱਤਰ ਆਮਕ੍ਰਿਸ਼ਨ ਵਿਸ਼ਵਾਸ ਨੂੰ ਸਤਿ ਸ਼ਤ ਨਮਨ 4 ਅਗਸਤ ਲਾਲ ਸਿੰਘ ਦੀ ਵਰਸੀ ਤਾਰੀਖ ਵੀ ਹੈ ਉਹਨਾਂ ਦਾ ਜਨਮ 1890 ਵਿੱਚ ਪੰਜਾਬ ਚ ਹੋਇਆ ਸੀ ਅੰਡੀਮਾਨ ਟਾਪੂ ਵਿੱਚ ਲਿਜਾਨ ਤੋਂ ਬਾਅਦ ਉਹਨਾਂ ਨੇ ਉੱਥੇ ਆਪਣੀ ਰੋਜ਼ੀ ਰੋਟੀ ਸਥਾਪਿਤ ਕੀਤੀ ਲਾਲ ਸਿੰਘ ਇੰਡੀਅਨ ਇੰਡੀਪੈਂਡੈਂਟ ਲੀਗ ਵਿੱਚ ਸ਼ਾਮਲ ਹੋ ਗਏ ਇਸ ਲਈ ਤਨ ਇਕੱਠਾ ਕੀਤਾ ਗਿਆ ਅਤੇ ਟਾਪੂ ਦੀ ਯਾਤਰਾ ਦੌਰਾਨ ਨੇਤਾ ਜੀ ਨੂੰ ਇਹ ਰਕਮ দান ਕਰ ਦਿੱਤੀ ਗਈ ਜਪਾਨੀ ਸੈਨਾ ਨੇ ਜਰਮਨੀ 1944 ਵਿੱਚ ਅੰਗਰੇਜ਼ਾਂ ਲਈ ਜਾਸੂਸੀ ਕਰਨ ਦੇ ਝੂਠੇ ਦੋਸ਼ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਸੈਲੂਲਰ ਜੇਲ ਵਿੱਚ ਸੁੱਟ ਦਿੱਤਾ ਗਿਆ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਫਿਰ ਗ੍ਰਿਫਤਾਰ ਕਰ ਲਿਆ ਗਿਆ 4 ਅਗਸਤ 1945 ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਧਰਤੀ ਦੇ ਵੀਰ ਸਪੂਤ ਨੂੰ शत शत ਨਮਨ 4 ਅਗਸਤ ਸ਼ਹੀਦ ਰੰਗਾ ਖਾਨ ਦੀ ਵਰਸੀ ਮਿਤੀ ਵੀ ਹੈ ਉਹ ਅੰਗਰੇਜ਼ੀ ইস্ট ਇੰਡੀਆ ਕੰਪਨੀ ਦੀ ਕੋਟਸਵਾਰ ਫੌਜ ਵਿੱਚ ਕੰਮ ਕਰਦੇ ਸਨ ਉਹਨਾਂ ਨੇ ਕੰਪਨੀ ਦੀ ਫੌਜ ਦੀ ਨੌਕਰੀ ਛੱਡ ਦਿੱਤੀ ਅਤੇ 1857 ਵਿੱਚ ਪਹਿਲੇ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਉਹਨਾਂ ਨੂੰ ਮੁਜ਼ੱਫਰਪੁਰ ਵਿੱਚ ਵਿਦਰੋਹ ਅਤੇ ਲੁੱਟ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਰੰਗਾਖਾਨ ਤੇ ਮੁਕੱਦਮਾ ਚਲਾਇਆ ਅਤੇ 4 ਅਗਸਤ 1857 ਨੂੰ ਫਾਂਸੀ ਦੇ ਦਿੱਤੀ ਗਈ ਬਹਾਦਰ ਸ਼ਹੀਦ ਰੰਗਾਖਾਨ ਨੂੰ ਨਮਨ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਮੂਹ ਪਟਵਾਰੀਆਂ ਤੇ ਕਾਨਗੋਆ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਅਦ ਸੂਬਾ ਸਰਕਾਰ ਖਿਲਾਫ ਅੱਜ ਰੋਸ ਮੁਜ਼ਾਹਰਾ ਕਰਦਿਆਂ ਨਾਰੇਬਾਜ਼ੀ ਕੀਤੀ ਸੂਬਾ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਪੋਸਟਾਂ ਘਟਾਉਣ ਸੰਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਸਾੜੀਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਪਟਵਾਰੀਆਂ ਦੀਆਂ ਸਾਮੀਆਂ ਦੀ ਗਿਣਤੀ ਘਟਾ ਕੇ 3660 ਕਰ ਦਿੱਤੀ ਹੈ ਇਸ ਨਾਲ ਤਕਰੀਬਨ 1056 ਸਾਮੀਆਂ ਖਤਮ ਹੋ ਗਈਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਬੇਰੋਜ਼ਗਾਰਾਂ ਨਾਲ ਇੱਕ ਵੱਡਾ ਧੋਖਾ ਹੈ ਯੂਨੀਅਨ ਵੱਲੋਂ ਇਸ ਬਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਇੱਕ ਚੇਤਾਵਨੀ ਪੱਤਰ ਸੂਬਾ ਸਰਕਾਰ ਨੂੰ ਭੇਜਿਆ ਗਿਆ ਹੈ DD ਪੰਜਾਬੀ ਦੀ 22ਵੀਂ ਵਰੇਗਣ ਮੌਕੇ 5 ਅਗਸਤ ਨੂੰ DD ਪੰਜਾਬੀ ਵੱਲੋਂ ਇੱਕ ਲਾਈਵ ਸ਼ੋਅ ਜਸ਼ਨ ਦੀ ਰਾਤ ਪੇਸ਼ ਕੀਤਾ ਜਾਏਗਾ। ਇਹ ਸ਼ੋਅ ਰਾਤ 7:00 ਵਜੇ ਤੋਂ 8:30 ਵਜੇ ਤੱਕ DD ਪੰਜਾਬੀ ਤੇ ਦੇਖਿਆ ਜਾ ਸਕਦਾ ਹੈ। ਮਿੰਗਮ ਵਿੱਚ ਚੱਲ ਰਹੀਆਂ ਰਾਸ਼ਟਰੀ ਮੰਡਲ ਖੇਡਾਂ ਵਿੱਚ ਭਾਰਤ ਦੇ weightlifterਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਦੇ ਪਿੰਡ ਮਾਜਰੀ ਰਸੂਲੜਾ ਦੇ ਵਸਨੀਕ ਗੁਰਦੀਪ ਸਿੰਘ ਅਤੇ ਅੰਮ੍ਰਿਤਸਰ ਦੇ ਬਲਸ ਚੰਦਰ ਦੇ ਲਾਪ੍ਰਿਤ ਸਿੰਘ ਨੇ ਕਾਂਸੀ ਦੇ ਧਮਕੇ ਜਿੱਤੇ ਨੇ। ਇਹਨਾਂ ਦੋਹਾਂ ਦੇ ਘਰਾਂ ਵਿੱਚ ਇਸ ਜਿੱਤ ਮਗਰੋਂ ਖੁਸ਼ੀ ਦਾ ਮਾਹੌਲ ਹੈ। ਪੇਸ਼ ਇੱਕ ਰਿਪੋਰਟ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਦੇ ਪਿੰਡ ਮਾਜਰੀ ਰਸੂਲੜਾ ਦੇ ਵਸਨੀਕ ਗੁਰਦੀਪ ਸਿੰਘ ਨੇ ਰਾਸ਼ਟਰੀ ਮੰਡਲ ਖੇਡਾਂ ਵਿੱਚ ਕਾਂਸੀ ਦਾ ਧਮਗਾ ਹਾਸਲ ਕੀਤਾ ਹੈ। ਬੁੱਧਵਾਰੀ ਰਾਤ ਜਦੋਂ ਗੁਰਦੀਪ ਨੇ weight lifting ਦੇ 109 ਕਿਲੋਗ੍ਰam ਪਲੱਸ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤੇ ਆ ਤਾਂ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗੁਰਦੀਪ ਦੇ ਪਿਤਾ ਭਾਗ ਸਿੰਘ ਮੁਤਾਬਕ ਇਸ ਜਿੱਤ ਪਿੱਛੇ ਉਹਨਾਂ ਦੇ ਪੁੱਤ ਦੀ ਬੜੀ ਤਪੱਸਿਆ ਹੈ ਬਹੁਤ ਬੋਸ਼ਾ ਕੀਤੀ ਹੈ ਜਿਉਂ ਰਾਤ ਨੂੰ ਮਤਲਬ ਦਿਨੇ ਤਿੰਨ-ਤਿੰਨ ਗਿਲਾ ਵਰਜਿਸ ਕਰਕੇ ਵੀ ਆ ਕੇ ਵੀ ਰਾਤ ਨੂੰ ਵੀ ਆਪਣੇ ਪ੍ਰੈਕਟਿਸ ਘਰ ਵੀ ਰੱਖਿਆ ਸੀ weight ਉਹਦਾ ਹਾਂ ਇਹਦਾ ਫਿਰ ਜਦੋਂ ਆਪਣਾ ਕੈਂਪ ਦੇ ਵਿੱਚ ਚਲੇ ਗਿਆ ਉਹਨੋਂ ਫਿਰ ਸਾਰਾ ਉੱਥੇ ਵਰਜ ਉੱਥੇ ਕਰਦਾ ਗੁਰਦੀਪ ਦੀ ਭੈਣ ਮਨਵੀਰ ਕੌਰ ਮੁਤਾਬਕ ਭਰਾ ਨੇ ਜਾਂਦੇ ਸਮੇਂ ਤਮਗੜ ਲਿਆਉਣ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਪੂਰਾ ਕਰਕੇ ਰਖੜੀ ਦਾ ਤੋਹਫਾ ਦਿੱਤਾ ਹੈ ਅਸੀਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਸਾਰੇ ਇਕੱਠੇ ਕਦੋਂ ਦੇ ਮੈਚ ਦੀ ਵੇਟ ਕਰ ਰਹੇ ਹਾਂ ਮੈਚ ਦੇਖਿਆ ਸੀ ਸਾਨੂੰ ਵੈਸੇ ਮੈਚ ਵਿੱਚ ਤਾਂ ਦਿਖ ਨਹੀਂ ਰਿਹਾ ਸੀਗਾ ਅਸੀਂ ਆਨਲਾਈਨ ਅਪਡੇਟਸ ਲੈ ਰਹੇ ਸੀਗੇ ਉੱਥੇ ਵੀ ਅਸੀਂ ਵੀਡੀਓ ਕਾਲ ਕਰਕੇ ਕਾਫੀ ਕੁਝ ਪਤਾ ਕਰ ਰਹੇ ਸੀਗੇ ਜਦੋਂ ਇਸ ਜਿੰਮੇ ਵੀ ਸਾਨੂੰ ਪਤਾ ਲੱਗ ਰਿਹਾ ਸੀ ਉਮੀ ਸਾਨੂੰ ਖੁਸ਼ੀ ਜ਼ਿਆਦਾ ਦੁੱਗਣੀ ਹੋ ਰਹੀ ਸੀ ਹੁਣ ਸਾਨੂੰ ਬਸ ਉਹਦੇ ਔਨ ਦੀ ਉਡੀਕ ਆ ਤਾਂ ਕਿ ਅਸੀਂ ਇਹ ਮੂਮੈਂਟਸ ਇੰਜੋਏ ਕਰ ਸਕੀਏ ਸਰਖੜੀਆਂ ਦਾ ਗਿਫਟ ਮਿਲ ਗਿਆ ਹੋਰ ਜਦੋਂ ਆਏਗਾ ਉਦੋਂ ਸੈਲੀਬ੍ਰੇਟ ਕਰਾਂਗੇ ਅਸੀਂ ਇਹ ਖੁਸ਼ੀ ਨੂੰ ਇੱਧਰ ਅਮਰਸਰ ਦੇ ਬਲ ਸਚੰਦਰ ਪਿੰਡ ਦੇ ਲਾਪ੍ਰੀਤ ਸਿੰਘ ਦੇ ਘਰ ਵੀ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਏ ਬੇहद ਸਧਾਰਨ ਪਰਿਵਾਰ ਨਾਲ ਸੰਬੰਧਿਤ ਲਵਪ੍ਰੀਤ ਨੇ ਰਾਸ਼ਟਰਮੰਡਲ ਖੇਡਾਂ ਦੇ 109 ਕਿਲੋ ਭਾਰ ਵਰਗ ਦੇ weight lifting ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਉਸਦੇ ਪਰਿਵਾਰ ਨੇ ਵੀ ਇਸ ਖੁਸ਼ੀ ਦੇ ਮਾਹੌਲ ਨੂੰ ਢੋਲ ਦੀ ਥਾਪ ਤੇ ਢੰਗੜੇ ਪਾ ਕੇ ਇੱਕ ਦੂਜੇ ਨਾਲ ਸਾਂਝਾ ਕੀਤਾ। ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸਨੇ ਬਚਪਨ ਤੋਂ ਹੀ ਮਿਹਨਤ ਕਰਨਾ ਸਿੱਖਿਆ ਸੀ ਅਤੇ ਅੱਜ ਮਿਹਨਤ ਦਾ ਫਲ ਉਸ ਨੂੰ ਮਿਲਿਆ ਹੈ। ਪਹਿਲਾਂ ਤਾਂ ਨਹੀਂ ਉਮੀਦ ਆ ਘਾਹਿਆ ਹੁੰਦਾ। ਮੜ ਕੇ ਹਾਲੋ ਜਦੋਂ ਬਾਅਦ ਦੇ ਵਿੱਚ ਮੇਰੋ ਵੀ ਮੈਡਲ ਬਣ ਗਿਆ ਦਾ ਫਿਰ ਸਾਨੂੰ ਬਹੁਤ ਜਿਆਦਾ ਖੁਸ਼ੀ ਹੋਈ ਸਾਰੇ ਜਾਣੇ ਤੇ ਪੁੰਗਲਾ ਪਾਉਣ ਦਾ ਤੇ ਬਹੁਤ ਜਿਆਦਾ ਬਹੁਤ ਜਿਆਦਾ ਇਹ ਕੋਈ ਬਿਆਨ ਨਹੀਂ ਕਰ ਸਕਦਾ ਕੋਈ ਵੀ ਬਈ ਅਸਲ ਹਰ ਇੱਕ ਨਾਲ ਬਹੁਤ ਤ੍ਰੇਨਰ ਇੰਦਾ ਬਹੁਤ ਸਾਰੇ ਬਹੁਤ ਮਿਹਨਤੀ ਲੜਕਾ ਆਸਤਾਂ ਜੀ ਸਾਰੇ ਨੂੰ ਹੁੰਦੀ ਮੈਨੂੰ ਵੀ ਬਹੁਤ ਸੀ ਸਾਰੇ ਫੈਮਿਲੀ ਨੂੰ ਸੀ ਜਦੋਂ ਬਟ 골ਡ ਵੀ ਸੀ ਤੇ ਉਹਦੇ ਵੇਟ ਦੇ ਵਿੱਚ ਚਲੋ ਉਹ ਵੀ ਨੇ ਆਪਣਾ ਪੂਰਾ ਲਾਇਆ ਕੋਈ ਮੀਡਲ ਲਿਫਟ ਨਹੀਂ ਸੀ ਉਹਦੀ ਡਿੱਗੀ ਤੇ ਐਂਡ ਦੇ ਸਾਰੇ ਕੁਝ ਸ਼ੌਕ ਹੋ ਗਏ ਸੀ ਵੀ ਨਹੀਂ ਮੈਡਲ ਨਹੀਂ ਆਣਾ ਬਟ ਚਲੋ ਪਰਮਾਤਮਾ ਦਾ ਕਿਰਾਨਾ ਸੀ ਮੈਂ ਕਿਹਾ ਨਹੀਂ ਆਏਗਾ ਦੂਸਰਾ ਆਏਗਾ ਬਹੁਤ ਜਗਾ ਵਧੀਆ ਸਾਰੇ ਹੀ ਵਧਾਈਆਂ ਦੇ ਰਹੇ ਨੇ ਤੇ ਹੁਣ ਜਦੋਂ ਇਹ ਪੰਛੀ ਵੀ ਆਉਣਾ ਹੈ ਇਹਦੀ ਬਹੁਤ ਵਧੀਆ ਸੋਲ ਜਰਾਂਗੇ ਇਹਨਾਂ ਦੋਹਾਂ ਖਿਡਾਰੀਆਂ ਦੀ ਕਾਮਯਾਬੀ ਨੌਜਵਾਨ ਖਿਡਾਰੀਆਂ ਲਈ ਇੱਕ ਮਿਸਾਲ ਹੈ ਅਤੇ ਇਹ ਇਹਨਾਂ ਨੂੰ ਵੀ ਅੱਗੇ ਆਉਣ ਲਈ ਉਤਸ਼ਾਹਤ ਕਰੇਗੀ ਮੀਨੂ ਗਰਹੋਤਰਾ ਤੇ ਮਨਿੰਦਰ ਸਿੰਘ ਮੋਂਗਾ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਰਾਸ਼ਟਰੀ ਮੰਡਲ ਖੇਡਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਪਿੰਡ ਮਾਜਰੀ ਰਸੂਲੜਾ ਦੇ ਵਸਨੇ ਗੁਰਦੀਪ ਸਿੰਘ weight lifting ਦੇ 109 ਕਿਲੋ ਪਲੱਸ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਹ ਜਿੱਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੀਪ ਨੂੰ ਵਧਾਈ ਦਿੰਦਿਆਂ 40 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਗੁਰਦੀਪ ਤੇ ਮਾਤਾ-ਪਿਤਾ ਤੇ ਕੋਚ ਨੂੰ ਵਧਾਈ ਵੀ ਦਿੱਤੀ ਹੈ। ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਦੀ 3ਵੀਂ ਵਰ੍ਹੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਅਜਮਰਸਰ ਦੇ ਮਾਨਾਵਾਲਾ ਵਿਖੇ ਪਿੰਗਲਵਾੜੇ ਦੀ ਬ੍ਰਾਂਚ ਵਿੱਚ ਲਗਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰुणਪਾਲ ਸਿੰਘ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਕੈਂਪ ਦੌਰਾਨ ਵੱਖ-ਵੱਖ ਉਮਰ ਦੇ ਵਿਅਕਤੀਆਂ ਨੇ ਖੂਨਦਾਨ ਕੀਤਾ। ਪਿੰਗਲਵਾੜਾ ਸੰਸਥਾ ਦੀ ਮੁਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਸਮਾਜ ਸੇਵੀ ਭਗਤ ਪੂਰਨ ਸਿੰਘ ਤਕਰੀਬਨ 70 ਸਾਲ ਤੱਕ ਸਮਾਜ ਦੀ ਸੇਵਾ ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ ਵਿੱਚ ਲੱਗੇ ਰਹੇ। ਉਨ੍ਹਾਂ ਆਲ ਇੰਡੀਆ ਪਿੰਗਲਵਾੜਾ ਚੈਰੀਟ ਪਾਗਲਾ ਅਪਾਹਜਾਂ ਬਿਮਾਰਾਂ ਬਜ਼ੁਰਗਾਂ ਅਤੇ ਲਵਾਰਸ ਮਰੀਜ਼ਾਂ ਦੀ ਸੇਵਾ ਕਰਦੀ ਏ ਇਸ ਮੌਕੇ ਪਿੰਗਲਵਾੜੇ ਦੇ ਮਰੀਜ਼ਾਂ ਅਤੇ ਸਕੂਲੀ ਬੱਚਿਆਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਕੁਦਰਤੀ ਖੇਤੀ ਅੰਗ ਹੀਣਾ ਵਾਸਤੇ ਮਸਨੂਈ ਅੰਗ ਤੇ ਫਿਜ਼ੀਓਥੈਰੇਪੀ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ ਖਬਰਾਂ ਦੇ ਬਲੇਟਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook PH ਅਤੇ Twitter handle ਤੇ ਵੀ ਦੇਖ ਸਕਦੇ ਨੇ ਤੇ ਇਸ ਨਾਲ ਹੀ ਖਬਰਾਂ ਦਾ ਬਲੇਟਨ ਖਤਮ ਹੋਇਆ ਇਜਾਜ਼ਤ ਦਿਓ ਨਮਸਕਾਰ